ਉਹਦਾ ਪਵਿੱਤਰ ਆਤਮਾ ਅਗਵਾਈ ਕਰਦਾ ਹੈ ਤਾਂ ਸੰਸਾਰ ਖਬਰਦਾਰ ਹੋ ਜਾਂਦੇ ਹੈ। ਹਾਲੇ ਜਦੋਂ ਉਹਦੀ ਹਜ਼ੂਰੀ ਦੇ ਵਿੱਚ ਉਹਦੇ ਵਚਨ ਦੇ ਦੁਆਰਾ ਕੁਝ ਬੋਲਿਆ ਜਾਂਦਾ ਤਾਂ ਇਨਸਾਨ ਖਬਰਦਾਰ ਹੋ ਜਾਂਦੇ ਆ ਕਿ ਇਹ ਮੇਰੇ ਲਈ ਇੱਕ ਚੇਤਾਵਨੀ ਆ। ਹਾਲੇਲੂਯਾ, ਕਿਉਂਕਿ ਪਰਮੇਸ਼ਵਰ ਹਰ ਇੱਕ ਇਨਸਾਨ ਨੂੰ ਬਚਾਉਣਾ ਚਾਹੁੰਦਾ, ਹਰ ਇੱਕ ਦੀ ਜ਼ਿੰਦਗੀ ਵਿੱਚ ਵਾਧਾ ਕਰਨਾ ਚਾਹੁੰਦਾ ਔਰ ਸਭਨਾਂ ਨੂੰ ਚੰਗੇ ਦਿਨ ਵੀ ਦਿਖਾਉਣਾ ਚਾਹੁੰਦਾ। ਹਾਲੇਲੂਯਾ। ਲੇਕਿਨ ਜਦੋਂ ਵੀ ਕਿਸੇ ਇਨਸਾਨ ਦੇ ਲਈ ਕੋਈ ਗਮ ਭਾਗ ਹੁੰਦਾ ਜਾਂ ਕੋਈ ਭਵਿੱਖਬਾਣੀ ਹੁੰਦੀ ਆ ਤਾਂ ਉਹ ਇਨਸਾਨ ਆਪਣੇ ਆਪ ਨੂੰ ਇੱਕ ਚੌਕਸ ਕਰ ਲਵੇ, ਤਿਆਰ ਕਰ ਲਵੇ। ਜਿਸ ਤਰ੍ਹਾਂ ਅਸੀਂ ਮਿਹਨਤ ਕਰਦੇ ਹਾਂ ਦਿਨ ਭਰ ਤਾਂ ਜਦੋਂ ਸ਼ਾਮ ਹੁੰਦੀ ਆ ਤਾਂ ਫਿਰ ਸਾਨੂੰ ਆਸ ਹੁੰਦੀ ਆ ਕਿ ਸਾਨੂੰ ਦਿਨ ਭਰ ਦੀ ਮਿਹਨਤ ਦੀ ਹੁਣ ਮਜ਼ਦੂਰੀ ਮਿਲਣ ਵਾਲੀ ਆ। ਜੋ ਅਸੀਂ ਦਿਨ ਭਰ ਮਿਹਨਤ ਕੀਤੀ ਸੁਬਾਹ ਤੋਂ ਲੈ ਕੇ ਸ਼ਾਮ ਤੱਕ, ਹੁਣ ਉਹਦੀ ਮਜ਼ਦੂਰੀ ਮਿਲਣ ਦਾ ਸਾਨੂੰ ਸਮਾਂ ਆ ਗਿਆ, ਤਾਂ ਅਸੀਂ ਉਹ ਮਜ਼ਦੂਰੀ ਲੈ ਕੇ ਆਪਣਾ ਖਰਚ ਕਰਾਂਗੇ। ਹਾਲੇਲੂਯਾ। ਤਾਂ ਉਹ ਤੋਂ ਪਹਿਲਾਂ ਇਨਸਾਨ ਕੰਮ ਕਾਰ ਕਰਕੇ ਆਪਣੇ ਹੱਥ ਧੋ ਲੈਂਦਾ। ਹਾਲੇਲੂਯਾ। ਅਸੀਂ ਦਿਨ ਭਰ ਕੰਮ ਕਰਦੇ ਹਾਂ ਤਾਂ ਜਦੋਂ ਸ਼ਾਮ ਨੂੰ ਮਜ਼ਦੂਰੀ ਦਾ ਸਮਾਂ ਆਉਂਦਾ ਤਾਂ ਹੁਣ ਸਾਨੂੰ ਪੈਸੇ ਮਿਲਣੇ ਆ ਤਾਂ ਅਸੀਂ ਪੈਸੇ ਮਿਲਣ ਤੋਂ ਪਹਿਲਾਂ ਪਾਣੀ ਦੇਖਦੇ ਕਿ ਅਸੀਂ ਹੱਥ ਧੋ ਲਈਏ ਤੇ ਫਿਰ ਅਸੀਂ ਆਪਣੇ ਹੱਥਾਂ ਨੂੰ ਧੋ ਕੇ ਉਹ ਪੈਸੇ ਵੀ ਫੜ ਲੈਂਦੇ ਹਾਂ। ਪਹਿਲਾਂ ਉਹਨਾਂ ਪੈਸਿਆਂ ਨੂੰ ਫੜਨ ਦੇ ਲਈ ਅਸੀਂ ਆਪਣੇ ਆਪ ਨੂੰ ਤਿਆਰ ਕਰਦੇ ਹਾਂ। ਹਾਲੇਲੂਯਾ। ਇਸੇ ਤਰ੍ਹਾਂ ਜਦੋਂ ਅਸੀਂ ਉਹਦੀ ਹਜ਼ੂਰੀ ਵਿੱਚ ਆਉਂਦੇ ਹਾਂ ਤੇ ਫਿਰ ਸਾਨੂੰ ਉਹਦਾ ਵਚਨ ਸੁਣਨ ਦੇ ਲਈ ਤਿਆਰ ਹੋਣਾ ਪੈਣਾ ਤਾਂ ਕਿ ਉਹ ਵਚਨ ਸਾਡੇ ਵਿੱਚ ਵਾਸ ਕਰ ਜਾਵੇ ਔਰ ਸਾਡਾ ਪੂਰਾ ਸਰੀਰ ਉਹਦੇ ਵਚਨ ਦੇ ਦੁਆਰਾ ਸਾਫ਼ ਹੋ ਜਾਵੇ। ਹਾਲੇਲੂਯਾ। ਤਾਂ ਕਿ ਉਹਦਾ ਵਚਨ ਸਾਡੇ ਅੰਦਰ ਟਿਕ ਸਕੇ ਤਾਂ ਅਸੀਂ ਉਹਦੇ ਵਚਨ ਤੋਂ ਬਹੁਤ ਸਾਰੀ ਬਰਕਤ ਪਾ। ਹਾਲੇਲੂਯਾ। ਮੈਂ ਤਾਂ ਵਚਨ ਵਿੱਚ ਪੜ੍ਹਿਆ ਸੀ ਕਹਿੰਦਾ ਇਹ ਪਵਿੱਤਰ ਬਾਈਬਲ ਇਨਸਾਨ ਨੂੰ ਸਲਝਾਉਣ ਵਿੱਚ ਤੇ ਜਾਂ ਫਿਰ ਗਲਝਾਉਣ ਵਿੱਚ ਗੁਣਕਾਰਿਆ, ਭਲਾਵੇ ਵਿੱਚ ਪਾਉਣ ਲਈ ਵੀ ਔਰ ਇਨਸਾਨ ਨੂੰ ਇਨਸਾਨ ਬਣਾਉਣ ਲਈ ਵੀ, ਦੋਨਾਂ ਕੰਮਾਂ ਦੇ ਵਿੱਚ ਕੀ ਆ ਇਹ ਗੁਣਕਾਰ ਵਚਨ ਲਿਖਿਆ ਹੋਇਆ ਇਸੇ ਤਰ੍ਹਾਂ। ਹਾਲੇਲੂਯਾ। ਇਨਸਾਨ ਨੂੰ ਗਲਝਾਉਣ ਵਿੱਚ ਤਾਂ ਉਹਨੂੰ ਸੁਲਝਾਉਣ ਵਿੱਚ, ਦੋਨਾਂ ਕੰਮਾਂ ਦੇ ਵਿੱਚ ਕੀ ਆ ਇਹ ਕੌਣ ਕਰ ਇਨਸਾਨ ਨੂੰ ਗਜੜਾ ਵੀ ਦਿੰਦੀ ਆ। ਇਹ ਪਵਿੱਤਰ ਬਾਈਬਲ ਜਦੋਂ ਅਸੀਂ ਪੜ੍ਹਦੇ ਹਾਂ ਤੇ ਕਈ ਵਾਰੀ ਸਾਨੂੰ ਗਲਝਾਉਂਦੀ ਆ ਤੇ ਕਈ ਵਾਰੀ ਇਹ ਸਾਨੂੰ ਸਿੱਧੇ ਰਾਹ ਵੀ ਪਾਉਂਦੀ ਆ। ਇਹ ਦੋਨਾਂ ਪਾਸਿਆਂ ਨੂੰ ਗੁਣ ਕਰ ਆ, ਇਹ ਸਾਡੇ ਉੱਤੇ ਨਿਰਭਰ ਆ ਕਿ ਅਸੀਂ ਇਹਨੂੰ ਪੜ੍ਹ ਕੇ ਤੇ ਅਮਲ ਕਿਹੋ ਜਿਹਾ ਕਰਨਾ। ਹਾਲੇਲੂਯਾ। ਅਸੀਂ ਇਹਨੂੰ ਪੜ੍ਹ ਕੇ ਇਹ ਤੇ ਅਮਲ ਕਿਹੋ ਜਿਹਾ ਕਰਨਾ ਔਰ ਕਿਹੋ ਜਿਹਾ ਆਪਣੇ ਆਪ ਨੂੰ ਟਿਕਾ ਕੇ ਰੱਖਣਾ। ਜੇਕਰ ਸਾਡਾ ਮਨ ਨਹੀਂ ਟਿਕਦਾ ਤਾਂ ਸਾਡੀ ਜ਼ਿੰਦਗੀ 'ਚ ਉਹ ਕੰਮ ਨਹੀਂ ਕਰਦਾ। ਜੇ ਸਾਡਾ ਮਨ ਟਿਕ ਗਿਆ ਤਾਂ ਉਹਦੇ ਕੰਮਾਂ ਨੂੰ ਸਾਡੇ ਵਿੱਚ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਹਾਲੇਲੂਯਾ। ਸਾਡੇ ਉੱਤੇ ਹੀ ਨਿਰਭਰ ਆ ਸਭ ਤੋਂ ਕੁਝ। ਪਰਮੇਸ਼ਵਰ ਇਨਸਾਨ ਦੇ ਉੱਤੇ ਛੱਡ ਦਿੰਦਾ। ਜਿਸ ਤਰ੍ਹਾਂ ਆਪਾਂ ਜਬੂਰਾ ਵਿੱਚ ਪੜ੍ਹਦੇ ਹਾਂ ਇੱਕ ਐਤ ਦੇ ਵਿੱਚ ਇੱਕ ਬਾਬ ਦੇ ਵਿੱਚ, ਹਾਲੇਲੂਯਾ ਹਾਲੇਲੂਯਾ, ਪਰਮੇਸ਼ਵਰ ਨੇ ਬਰਿਆਈ ਔਰ ਭਲਿਆਈ ਦੋਨੋਂ ਇਨਸਾਨ ਦੇ ਉੱਤੇ ਰੱਖ ਦਿੱਤੀਆਂ, ਜੀਵਨ ਅਤੇ ਮੌਤ। ਹਾਲੇਲੂਯਾ। ਜਬੂਰਾ ਦੀ ਪੋਥੀ ਪੜ੍ਹਦੇ ਹਾਂ ਆਪਾਂ ਇੱਕ ਬਾਬ ਦੇ ਵਿੱਚ ਹੀ ਟੌਪ ਹੈਂਡ ਹੀ ਉਹਨੇ ਦੇ ਦਿੱਤਾ, ਕਹਿੰਦਾ ਭਰਿਆਈ ਔਰ ਭਲਿਆਈ ਮੈਂ ਦੋਨੋਂ ਤੇਰੇ ਅੱਗੇ ਰੱਖ ਦਿੱਤੀਆਂ
और जो तेनू चंगा लगता तू ओनू अपना ला। हालेलुया, मजबूर नहीं किया उन्हें कि तू बरियाई नू अपना जां तू बरियाई नू अपना। उन्हें तो इंसान दे अगे दोनों रख दित्तियां, तो इंसान दे उत्ते छड़ दित्ता, कहिंदा देख मौत अते जीवन तेरे हाथ विच आ, जो तेनू चंगा लगता तू ओनू अपना ला। हालेलुया, असी पता नहीं किना किना दुखा विच सी जां किना किना मुसीबता विच सी, साडे उत्ते उहनू तरस आया और साडे दुखा तो सानू उहने आप छड़ाया। हालेलुया, साडे दुखा तो उहने सानू आप ते अज सानू ने अपनी पवित्र हजूरी दे विच बैठ दे योग बनाया। हालेलुया, कहिंदा मैं इंसान नू रूड़ी तो उठाउंदा और पतवातिया सज्जणा दे विच बठाउंदा। हालेलुया, बचन च लिखिया कहिंदा मैं बेऔलाद तीमी दा बच्चियां दी मां बना के आनंदित करदा। हालेलुया, बेऔलाद तीमी दा बच्चियां दी मां बना के मैं उन्हों की करता आनंद, और मैं ढिड का फल कहता गिफ्ट विच दिना एक नाम दे विच। हालेलुया, बचन बड़े महान है, पर तद जे असीं उन्हां वल ध्यान करते हैं जे वह साडे विच वास कर गए तो सानू बचन तो कोई भी अलग कर सकता। इस तरह आपां पवित्र बाइबल दे वल ध्यान करते हैं, बचन विच जावांगे आपां। यूहन्ना दी अंजील 3:30 ऐसे कुछ लिखिया होया, जरूर है जो ओ बदे अते मैं घटा, जेड़ा उपरो आदा है ओ सपना तो उपर है, जेड़ा धरतियों हुंदा है ओ धरती चीदा है, अते धरती दी बोलता है, जेड़ा सुरगो आता है वो सपना तो ऊपर है। हालेलुया, हालेलुया, की हेड दिता इतने, जरूर है जो ओ बने अते मैं घटा। हालेलुया, ये जरूरी आ कि ओ साडी जिंदगी विच आवे और साडी जिंदगी विच ओ बने ता असी घटिए। हालेलुया, इसे तरह वचन विच लिखिया कहिंदा जेड़ा नीवा होवे ओ उच्चा किता जावेगा। हालेलुया, इत्थे भी लिखिया जरूर है जो मैं घटा अते ओ वधे, उत्थे भी लिखिया कहिंदा जो अपने आप नू नीवा करदा वो सब तो उच्चा होवेगा। हालेलुया, जिन्ना चेर असी अपने आप नू नीवा नहीं करते उन्ना चेर असी अपने आप विच तो उच्चे हो जावांगे, पर उहदी निगाह दे विच उच्चे हो सकते, क्योंकि जिन्हें वचन लिखिया वचन लिखण वाला वफादार परमेश्वर आ। हालेलुया, क्योंकि आपां वचन दे विच सारिआं ने पढ़िया होना कि जदों प्रभु जी प्रचार करते सीगे ਤਾਂ ਉਹਦੇ ਚੇਲੇ ਆਪਸ ਵਿੱਚ ਸਾਰੇ ਇਕੱਠੇ ਹੋ ਗਏ, ਤਾਂ ਉਹ ਚੇਲੇ ਆਪਣੇ ਪ੍ਰਭੂ ਜੀ ਨੂੰ ਗੁਰੂ ਜੀ ਨੂੰ ਪੁੱਛਣ ਲੱਗੇ, ਕਹਿੰਦੇ ਗੁਰੂ ਜੀ ਸਾਡੇ ਵਿੱਚੋਂ ਵੱਡਾ ਕੌਣ ਆ। ਸਾਰਿਆਂ ਨੇ ਧਿਆਨ ਨਾਲ ਸੁਣਨਾ, ਕਹਿੰਦੇ ਗੁਰੂ ਜੀ ਸਾਡੇ ਵਿੱਚੋਂ ਵੱਡਾ ਕੌਣ ਆ। ਤਾਂ ਪ੍ਰਭੂ ਜੀ ਇੰਨੀ ਗੱਲ ਸੁਣ ਕੇ ਚੁੱਪ ਕਰ ਗਏ, ਕਹਿੰਦੇ ਕੀ ਤੁਹਾਡੇ ਮਨ ਵਿੱਚ ਵੀ ਇਹ ਸਭ ਕੁਝ ਹੈਗਾ। ਹਾਲੇਲੂਯਾ, ਕਹਿੰਦੇ ਕੀ ਇਹ ਤੁਹਾਡੇ ਮਨ ਵਿੱਚ ਵੀ ਹੈਗਾ ਆ ਵੱਡੇ ਹੋਣ ਦਾ, ਕਿ ਅਸੀਂ ਇੱਕ ਦੂਜੇ ਤੋਂ ਵੱਡੇ ਹੋ ਜਾਈਏ। ਕਹਿੰਦਾ ਕੀ ਤੁਸੀਂ ਵੀ ਇਹ ਸੋਚ ਆਪਣੇ ਵਿੱਚ ਰੱਖਦੇ ਆ। ਹਾਲੇਲੂਯਾ, ਤੇ ਜਦੋਂ ਪ੍ਰਭੂ ਜੀ ਨੇ ਉਹਨਾਂ ਦੀ ਸੋਚ ਨੂੰ ਜਾਣਿਆ ਤਾਂ ਫਿਰ ਉਹਨਾਂ ਨੂੰ ਉੱਤਰ ਦੇਣ ਦੇ ਲਈ ਉਹਨਾਂ ਦੇ ਕੋਲ ਇੱਕ ਬਾਲਕ ਸੀ, ਤਾਂ ਪ੍ਰਭੂ ਜੀ ਨੇ ਉਸ ਬਾਲਕ ਨੂੰ ਬੁਲਾ ਲਿਆ। ਹਾਲੇਲੂਯਾ, ਪ੍ਰਭੂ ਜੀ ਨੇ ਉਸ ਬਾਲਕ ਨੂੰ ਆਪਣੇ ਕੋਲ ਬੁਲਾਇਆ, ਕਹਿੰਦਾ ਇਸ ਬਾਲਕ ਦੇ ਵੱਲ ਦੇਖੋ,
ਪ੍ਰਭੂ ਜੀ ਕੀ ਕਰਦੇ ਕੰਦੇ ਇਸ ਬਾਲਕ ਦੇ ਵੱਲ ਦੇਖੋ ਕਿ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਦੀ ਨਿਆਈ ਬਣਾਵੇਗਾ ਉਹ ਸਭ ਤੋਂ ਉੱਚਾ ਹਾਲੇਲੂਯਾ ਉਹ ਸਭ ਤੋਂ ਉੱਚਾ ਹਾਲੇਲੂਯਾ ਪਰਮੇਸ਼ਵਰ ਨੇ ਸਾਨੂੰ ਸਮਝਾਉਣ ਦੇ ਲਈ ਬੜੇ ਤਰੀਕਿਆਂ ਨਾਲ ਸਮਝਾਇਆ ਪਰਮੇਸ਼ਵਰ ਨੇ ਸਾਨੂੰ ਆਪਣੇ ਵਿੱਚ ਬਣਾਈ ਰੱਖਣ ਦੇ ਲਈ ਜਾਂ ਆਪਣੇ ਵਿੱਚ ਵਧਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਉਹਨੇ ਸਮਝਾਇਆ ਤਾਂ ਕਿ ਅਸੀਂ ਉਹਦੇ ਵਿੱਚ ਬਣੇ ਰਹੀਏ ਹਾਲੇ ਵੀ ਅਸੀਂ ਕਿਤੇ ਭੁਲਾਵੇ ਵਿੱਚ ਨਾ ਪੈ ਜਾਈਏ ਚੁਣੇ ਹੋਇਆ ਨਵੀਂ ਭਰਾਵੇ ਵਿੱਚ ਪਾ ਜਾਏਗੀ